ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਕ ਜਿਹੜੀ ਡਰਾਮੇਬਾਜ਼ੀ ਹੋਈ ਆ ਜਾਂ ਇਸ ਅਖੌਤੀਆਂ ਦੀ ਪੋਲ ਖੁੱਲੀ ਆ, ਉਹਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਹੈ, ਕਿਉਂਕਿ ਇਹ ਸਾਰੇ ਬਖਲਾਹਟ 'ਚ ਨੇ, ਘਬਰਾਹਟ ਹੋਈ ਪਈ ਹੈ, ਕਿਉਂਕਿ ਕੱਲ੍ਹ ਨੂੰ ਬਹੁਤ ਵੱਡੇ ਪੱਧਰ 'ਤੇ ਪੰਜਾਬ ਇਕੱਠਾ ਹੋ ਰਿਹਾ ਲੁਧਿਆਣੇ। ਅਤੇ ਅੱਜ ਮੈਂ ਤੁਹਾਨੂੰ ਪਹਿਲਾਂ ਕੁਛ ਵੀਡੀਓ ਦਿਖਾਉਂਦਾ, ਫਿਰ ਆਪਾਂ ਗੱਲਬਾਤ ਸਾਂਝੀ ਕਰਦੇ ਹਾਂ। ਆ ਧਿਆਨ ਨਾਲ ਦੇਖਿਓ, ਇਹ ਇਹਨਾਂ ਦਾ ਸਾਡੇ ਲੋਕ ਜੋ ਕੈਂਸਰ ਪੀੜੀਆ ਔਰ ਵਿਚਾਰੇ ਬੱਚੇ ਜਿਹੜੇ ਬਲਾਈਂਡ ਪੈਦਾ ਹੋ ਰਹੇ ਨੇ, ਅਬਨੋਰਮਲ ਪੈਦਾ ਹੋ ਰਹੇ ਨੇ, ਸਾਡੇ ਖੇਤਾਂ ਦੇ ਵਿੱਚ ਖੇਤੀ ਦੇ ਵਿੱਚ ਇਹ ਗੰਦਾ ਪਾਣੀ ਜਾ ਰਿਹਾ ਔਰ ਸਾਡੇ ਪਸ਼ੂਆਂ ਦੇ ਵਿੱਚ ਪਾਣੀ ਜਾ ਰਿਹਾ, ਪੀ ਰਹੇ ਨੇ ਉਹ ਸਾਡੇ ਦੁੱਧ ਰਾਹੀਂ, ਸਾਡੇ ਪੇਟਾਂ 'ਚ ਜਾ ਰਿਹਾ, ਸਾਡੇ ਲੋਕਾਂ ਦੇ ਪੇਟ 'ਚ ਜਾ ਰਿਹਾ ਪਾਣੀ, ਜਿਹਦੇ ਨਾਲ ਇੱਕ ਬਿਮਾਰੀਆਂ ਦਾ ਬਾਅਦ ਇਸ ਬੁੱਢੇ ਨਾਲੇ ਨੇ ਸਾਡੇ ਲਈ ਬੜਾ ਕਰਤਾ, ਜੋ ਕਿ ਅੱਜ ਮੈਂ ਇਸ ਚੀਜ਼ ਨੂੰ ਬੜੇ ਭਰੇ ਮਨ ਦੇ ਨਾਲ ਅੱਜ ਆਪਣਾ ਪੱਤਰ ਖੁਦ ਤੋੜ ਕੇ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ। ਹਾਂਜੀ, ਸਾਡੇ ਲੋਕਾਂ ਦਾ ਪੈਸਾ 650 ਕਰੋੜ ਰੁਪਇਆ, ਹਾਂਜੀ, ਜਿਹੜਾ ਕਿ ਬੁੱਢੇ ਨਾਲੇ ਦੀ ਸਫਾਈ ਤੇ ਤਕਰੀਬਨ 12 ਸਾਲਾਂ ਤੋਂ, ਹਾਂਜੀ, ਤੇ ਜਿਹੜੇ ਅਫਸਰ ਬੈਠੇ ਆ ਪੁਰਾਣੇ ਸੀਵਰੇਜ ਬੋਰਡ ਵਾਲੇ, ਡਿਊਸ਼ਨ ਬੋਰਡ ਵਾਲੇ, ਦੂਜੇ ਕਾਰਪੋਰੇਸ਼ਨ ਵਾਲੇ, ਹਾਂਜੀ, ਇਹਨਾਂ ਦੇ ਕਰਕੇ ਇਹ ਬੁੱਢਾ ਨਾਲਾ ਸਾਫ਼ ਨਹੀਂ ਹੋ ਰਿਹਾ, ਔਰ ਇਹਨਾਂ ਦੇ ਕਰਕੇ ਇਹ ਬੁੱਢਾ ਨਾਲਾ ਸਾਫ਼ ਨਹੀਂ ਹੋ ਰਿਹਾ, ਔਰ ਸਰਕਾਰ ਬਦਨਾਮ ਹੋ ਰਹੀ, ਜਿਹਦੇ ਵਿੱਚ ਮੈਨੂੰ ਵੀ ਇਸ ਚੀਜ਼ ਦੀ ਖਾਮੋਸ਼ੀ ਦੇਖਣੀ ਪਈ, ਕਿ ਮੈਂ ਬੜੇ ਚਾਅ ਨਾਲ ਬੜੀ ਉਮੀਦ ਦੇ ਨਾਲ ਕਿ ਲੋਕਾਂ ਨੇ ਸਾਨੂੰ ਵੱਡਾ ਹੈਵੀ ਮੈਂਡੇਟ ਦਿੱਤਾ ਕਿ ਅਸੀਂ ਲੋਕਾਂ ਦੇ ਹੈਵੀ ਮੈਂਡੇਟ 'ਤੇ ਉਤਰਦੇ ਹੋਏ ਉਹਨਾਂ ਦੇ ਵਾਅਦੇ ਪੂਰੇ ਕਰਾਂਗੇ, ਬੁੱਢਾ ਨਾਲਾ ਸਾਫ਼ ਕਰਾਂਗੇ। ਪਰ ਅੱਜ ਮੈਨੂੰ ਬੜਾ ਨਾਮੋਸ਼ ਹੋ ਕੇ ਔਰ ਬੜਾ ਦੁਖੀ ਹਿਰਦੇ ਨਾਲ ਇਹ ਮੈਂ ਆਪਣਾ ਪੱਥਰ ਲਾਇਆ ਇੱਥੇ, ਅਤੇ ਮੈਂ ਸੋਚਦਾ ਵੀ ਇਹ ਪੱਥਰ ਮੇਰੇ ਨਾਮ ਦੇ ਇੱਥੇ ਕਾਬਲ ਨਹੀਂ ਹੈਗਾ, ਕਿਉਂਕਿ ਅਸੀਂ ਕੰਮ ਕਰ। ਤੁਸੀਂ ਇਹ ਬੰਦਾ ਸੁਣਿਆ, ਇਹ ਗੋਗੀ ਹੈ ਜੀ ਲੁਧਿਆਣੇ ਤੋਂ MLA। ਪਹਿਲੀ ਗੱਲ ਤਾਂ ਇੱਕ ਤਾਂ ਇਹਨਾਂ ਦੀ ਜਿਹੜੀ ਪੋਲ ਖੁੱਲਣੀ ਸ਼ੁਰੂ ਹੋ ਗਈ, ਆ ਦੇ ਧੜਾ ਧੜ ਸਤਾਜ ਵਾਲੇ ਮਹਾਰਾਜ ਦੇ ਰੱਖੇ ਹੋਏ ਨੀਂਹ ਪੱਥਰੇ ਢਾਉਣ ਲੱਗ ਗਏ, ਇਹ ਆਪ ਹੀ ਤਸਲੀਮ ਕਰ ਗਏ, ਮੰਨ ਗਏ ਕਿ ਸਾਡੀ ਸਰਕਾਰ ਬੇਕਾਰ ਆ, ਅਸੀਂ ਬੁਰੀ ਤਰ੍ਹਾਂ ਫੇਲ ਹੋ ਚੁੱਕੇ ਹਾਂ ਹਰ ਫਰੰਟ ਦੇ ਉੱਤੇ। ਚਿੱਟਿਆਂ ਦਾ ਮਸਲਾ ਹੋਵੇ, ਬੇਰੁਜ਼ਗਾਰੀ ਦਾ ਮਸਲਾ ਹੋਵੇ, ਪ੍ਰਵਾਸ ਦਾ ਮਸਲਾ ਹੋਵੇ, ਪਾਣੀਆਂ ਦਾ ਮਸਲਾ ਹੋਵੇ, ਕਿਸਾਨਾਂ ਦਾ, ਮਜ਼ਦੂਰਾਂ ਦਾ, ਹਰ ਮਸਲੇ 'ਤੇ ਇਹ ਚੁਟਕਲੇਬਾਜ਼ਾਂ ਦੀ, ਡਰਾਮੇਬਾਜ਼ਾਂ ਦੀ ਸਰਕਾਰ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ। ਪਹਿਲੀ ਤਾਂ ਮੰਨ ਕੇ ਇਹ ਆਪ ਨੀਂਹ ਪੱਥਰ ਗੋਗੀ ਲੁਧਿਆਣੇ ਤੋਂ MLA ਆ ਜਿਹੜਾ, ਇਹ ਖੁਦ ਆਪਣੇ ਨੀਂਹ ਪੱਥਰ ਇਹਨਾਂ ਦੇ ਮੁੱਖ ਮੰਤਰੀ ਦੇ ਰੱਖੇ ਹੋਏ ਢਾ ਰਿਹਾ ਕਿ ਅਸੀਂ ਫੇਲ ਹਾਂ। ਦੂਜੀ ਗੱਲ, ਇਹ ਆਪਦੀ ਜਵਾਨੀ ਖੁਦ ਮੰਨ ਰਿਹਾ ਕਿ ਆਹ ਜਿਹੜਾ ਬੁੱਢਾ ਦਰਿਆ ਇਹ ਜ਼ਹਿਰ ਸਾਡੇ ਲੋਕਾਂ ਨੂੰ ਮਾਰ ਰਹੀ ਹੈ, ਜਪਾਕ ਅਪਾਹਜ ਪੈਦਾ ਹੋ ਰਹੇ ਨੇ, ਲੋਕਾਂ ਨੂੰ ਕੈਂਸਰ ਹੋ ਰਿਹਾ, ਕਾਲਾ ਪੀਲੀਆ ਹੋ ਰਿਹਾ, ਫਸਲਾਂ ਨੂੰ ਜਿਹੜਾ ਪਾਣੀ ਲੱਗਦਾ ਉਹ ਫਸਲਾਂ ਵੀ ਬਰਬਾਦ ਹੋ ਰਹੀਆਂ। ਇਹ ਖੁਦ ਆਪਦੇ ਮੂੰਹੋਂ ਆਪਦੀ ਜਵਾਨੀ ਤੁਸੀਂ ਸੁਣਿਆ ਹੋਣਾ। ਅੱਜ ਇਹ ਮੰਨਿਆ ਕਿ ਬੁੱਢਾ ਦਰਿਆ ਲੋਕਾਂ ਨੂੰ 30-35 ਸਾਲ ਤੋਂ ਜ਼ਹਿਰ ਨਾਲ ਮਾਰ ਰਿਹਾ, ਇਹ ਮੰਨ ਗਿਆ ਬੰਦਾ, ਇਹ ਤਾਂ ਸਾਫ਼ ਹੋ ਗਈ ਗੱਲ ਵੀ ਆਪ ਵੀ ਮੰਨੇ ਖੜੇ ਆ। ਪਰ ਅਗਲੀ ਜਿਹੜੀ ਗੱਲ ਆ, ਇਹ ਚਲਾਕੀ ਕਿਹੜੀ ਗੱਲ 'ਤੇ ਕਰ ਰਿਹਾ, ਇਹ ਉਹ ਗੋਗੀ ਆ, ਸ਼ਾਇਦ ਤੁਸੀਂ ਇਹਦੀ ਵੀਡੀਓ ਦੇਖੀ ਹੋਣੀ ਆ, ਪਿੱਛੇ ਜੇ ਬੜੀ ਮਸ਼ਹੂਰ ਹੋਈ ਸੀਗੀ, ਸਾਰੇ ਡੈਰੀਆਂ ਵਾਲੇ ਖੜੇ ਸੀਗੇ, ਜਿਹੜੀਆਂ ਹਜ਼ਾਰਾਂ ਡੈਰੀਆਂ ਨੇ, ਇਕੱਲੀਆਂ ਡਾਇੰਗ ਫੈਕਟਰੀਆਂ ਨਹੀਂ ਗੰਦ ਪਾਉਂਦੀਆਂ ਉੱਥੇ, ਜਿਹੜੀਆਂ ਹਜ਼ਾਰਾਂ ਡੈਰੀਆਂ ਨੇ, ਜਿਹੜਾ ਪਸ਼ੂਆਂ ਦਾ ਗੋਹਾ ਅਤੇ ਮੂਤ ਅਤੇ ਹਜ਼ਾਰਾਂ ਹਸਪਤਾਲਾਂ ਦੇ ਮਰੀਜ਼ਾਂ ਦੀ ਗੰਦਗੀ ਅਤੇ 30-35 ਲੱਖ ਦੀ ਆਬਾਦੀ ਦੀ ਜਿਹੜੀ ਜਿੰਨਾ ਟੱਟੀ ਪਿਸ਼ਾਬ ਆ,
ਉਹ ਸਾਰਾ ਆ ਰਿਹਾ ਸਤਲੁਜ ਚ ਬੁੱਢੇ ਦਰਿਆ ਰਾਹੀਂ। ਇਹ ਬੰਦਾ ਪਿੱਛੇ ਜਿਹੜੀ ਵੀਡੀਓ ਵਾਇਰਲ ਹੋਈ ਸੀ, ਸਾਰੇ ਡੈਰੀਆਂ ਦੇ ਉੱਥੇ ਮਾਲਕ ਖੜੇ ਸੀਗੇ ਤੇ ਉੱਥੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਵੀ ਖੜੇ ਸੀ ਤੇ ਇਹ ਬੋਲ ਰਿਹਾ ਸੀ ਵੀ ਜਿਹਨੇ ਡੈਰੀਆਂ 'ਚ ਜਾਣਾ ਜਾਂ ਜਿਹਨੇ ਫੈਕਟਰੀਆਂ 'ਚ ਜਾਣਾ ਚੈਕਿੰਗ ਕਰਨ, ਆਪਣੇ ਹੈਲਮਟ ਪਾ ਕੇ ਜਾਇਓ, ਤੁਸੀਂ ਜਾਵੋਗੇ ਆਪਣੀਆਂ ਲੱਤਾਂ ਦੇ ਬਾਹਰ, ਵਾਪਸ ਨਹੀਂ ਆਪਣੀਆਂ ਲੱਤਾਂ 'ਤੇ ਆਓਗੇ, ਤੁਹਾਡੇ ਸਿਰ ਪਾੜੇ ਜਾ ਸਕਦੇ, ਤੁਹਾਡੀਆਂ ਲੱਤਾਂ ਬਾਹਾਂ ਤੋੜੀਆਂ ਜਾ ਸਕਦੀਆਂ। ਸ਼ਰੇਆਮੇ ਬੰਦਾ ਗੋਗੀ MLA ਆਪਣੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਰਕਾਰ ਦੇ ਸਰਕਾਰੀ ਅਧਿਕਾਰੀਆਂ ਨੂੰ ਧਮਕੀ ਦੇ ਰਿਹਾ ਸੀ, ਤੁਸੀਂ ਆਪਣੀ ਜ਼ਿੰਮੇਵਾਰੀ ਤੋਂ ਜਾਇਓ ਜਿਹਨੇ ਜਾਣਾ। ਅਗਲੀ ਗੱਲ ਜਿਹੜੀ ਸਭ ਤੋਂ ਸਮਝਣ ਵਾਲੀ ਗੱਲ ਆ, ਇਹ ਇੱਕ ਹੋਰ ਗੱਲ ਕਰ ਰਿਹਾ ਕਿ 650 ਕਰੋੜ ਦਾ ਘਪਲਾ ਹੋਇਆ, 650 ਕਰੋੜ ਦਾ ਘਪਲਾ ਹੋਇਆ, 650 ਕਰੋੜ ਦਾ ਘਪਲਾ ਸਰਕਾਰ ਦੀ ਜ਼ਿੰਮੇਵਾਰੀ, ਤੁਸੀਂ ਫੇਲ ਹੋ ਪੂਰੀ ਤਰ੍ਹਾਂ। ਕਿਹਨੇ ਕੀਤਾ, ਕਿਹੜੇ ਬੰਦੇ ਆ, 3 ਸਾਲ ਹੋ ਗਏ ਤੁਹਾਨੂੰ ਤੁਹਾਡੀ ਸਰਕਾਰ ਆਈ ਨੂੰ, ਤੁਹਾਡੇ ਕੋਲੋਂ 650 ਕਰੋੜ ਦਾ ਹੱਲ ਹੀ ਨਹੀਂ ਹੋਇਆ, ਵੀ ਕਿਹੜੇ ਬੰਦਿਆਂ ਨੇ 650 ਕਰੋੜ ਖਾਧਾ ਇੱਥੇ। ਇਹ ਆਪਦੀ ਜਿਹੜੀ ਇਹ ਸਾਰੀ ਜਿਹੜੀ ਪੋਲ ਆ ਖੁੱਲ ਰਹੀ ਆ ਸਰਕਾਰ ਦੀ, ਆਪਦੀ ਜਿਹੜੀ ਇਹਨਾਂ ਦੀ ਕਮਜ਼ੋਰੀ ਆ ਉਹ ਸਾਹਮਣੇ ਆ ਰਹੀ ਹੈ ਸਾਡੇ। ਅਗਲੀ ਗੱਲ, ਇਹ ਕਿੱਡੀ ਚਲਾਕੀ ਵਰਤ ਰਿਹਾ, ਚਲਾਕੀ ਕੀ ਵਰਤ ਰਿਹਾ, ਇਹ ਕਿਤੇ ਵੀ ਡਾਇੰਗ ਫੈਕਟਰੀਆਂ ਦਾ ਨਾਂ ਨਹੀਂ ਲੈ ਰਿਹਾ, ਜਿਹੜੀਆਂ ਉੱਨ ਰੰਗਣ ਵਾਲੀਆਂ ਫੈਕਟਰੀਆਂ, ਜਿਹੜੀਆਂ ਜਰੇਨੀਅਮ ਪਾ ਰਹੀਆਂ ਨੇ ਪਾਣੀ 'ਚ, ਜਿਹੜਾ ਕੈਮੀਕਲ ਪਾ ਰਹੀਆਂ ਨੇ ਪਾਣੀ 'ਚ, ਜਿਹਦਾ ਕੋਈ ਇਲਾਜ ਹੀ ਹੈ ਨਹੀਂ, ਕੋਈ ਹੱਲ ਹੀ ਹੈ ਨਹੀਂ, ਪੂਰੀ ਦੁਨੀਆ ਦੇ ਵਿੱਚ ਬੈਨ ਹੈ, ਭਾਰਤ ਦੇ ਵਿੱਚ ਬੈਨ ਹੈ, ਪੰਜਾਬ ਦੇ ਵਿੱਚ ਪਿਛਲੇ 30-35 ਸਾਲ ਤੋਂ ਹਜ਼ਾਰਾਂ ਉਹ ਡਾਇੰਗ ਫੈਕਟਰੀ ਜਿਹੜੀ ਸਾਨੂੰ ਲਗਾਤਾਰ ਉੱਨ ਰੰਗਣ ਵਾਲੀ ਮਾਰ ਰਹੀ ਹੈ। ਸਾਰੀਆਂ ਸਰਕਾਰਾਂ ਨੇ, ਸਾਰੇ ਲੀਡਰਾਂ ਨੇ, ਇੱਥੋਂ ਦੇ ਆਸ਼ੂ ਵਰਗਿਆਂ ਨੇ, ਆਹ ਹੁਣ ਇਹ ਆ ਗਏ, ਆਹ ਬਿੱਟੂ ਵਰਗੇ, ਅਤੇ ਇੱਥੇ ਆਹ ਹੁਣ ਰਾਜੇ ਵੜਿੰਗ ਵਰਗੇ, ਮੋਟਾ ਰੁਪਈਆ ਚੜਾਵਾ, ਅਰਬਾਂ ਕਰੋੜਾਂ ਦੀ ਜਿਹੜਾ ਗਿਣਤੀ ਚੜ੍ਹਦਾ, ਇਹਨਾਂ ਕੋਲ ਰੁਪਈਆ ਚੜ੍ਹਦਾ, ਉਹਦਾ ਕਰਕੇ ਇਹਨਾਂ ਦਾ ਮੂੰਹ ਕਦੇ ਵੀ ਨਹੀਂ ਖੁੱਲ੍ਹਦਾ। ਇਸੇ ਕਰਕੇ ਰਾਜਾ ਵੜਿੰਗ ਡਾਇੰਗਾਂ ਫੈਕਟਰੀਆਂ ਦੇ ਹੱਕ 'ਚ ਪਾਰਲੀਮੈਂਟ 'ਚ ਬੋਲਦਾ, ਆਸ਼ੂ ਵਰਗਾਂ ਦਾ ਮੂੰਹ ਬੰਦ ਰਹਿੰਦਾ, ਕਾਂਗਰਸ ਵੇਲੇ ਬਾਦਲਾਂ ਵੇਲੇ ਉਹਨਾਂ ਦੇ ਲੀਡਰਾਂ ਦਾ ਮੂੰਹ ਬੰਦ ਰਹਿੰਦਾ, ਅੱਜ ਇਹਨਾਂ ਦਾ ਮੂੰਹ ਵੀ ਖੁੱਲ੍ਹ ਨਹੀਂ ਰਿਹਾ, ਕਿਸੇ ਡਾਇਟ ਦੇ ਖਿਲਾਫ਼ ਨਹੀਂ ਜਾਂਦੇ। ਅਗਲੀ ਗੱਲ ਇਹ ਜਿਹੜੀ ਦੱਸਣੀ ਮੈਂ ਤੁਹਾਨੂੰ ਚਾਹੁੰਦਾ ਭਰਾਵੋ, ਕਿਸੇ ਵੀ ਹਾਲਾਤਾਂ ਦੇ ਵਿੱਚ ਜੇ ਇਹ 650 ਕਰੋੜ ਦੀ ਗੱਲ ਕਰਦਾ, ਮੈਂ ਕਹਿੰਦਾ 6000 ਕਰੋੜ ਰੁਪਈਆ ਲਾ ਕੇ ਵੀ ਟਰੀਟਮੈਂਟ ਪਲਾਂਟ ਵੀ ਲਾ ਦੇਣਗੇ ਤਾਂ ਵੀ ਪਾਣੀ ਦੇ ਵਿੱਚ ਜਰੇਨੀਅਮ ਖਤਮ ਨਹੀਂ ਕੀਤਾ ਜਾ ਸਕਦਾ। ਉਹ ਜਰੇਨੀਅਮ ਸਾਨੂੰ ਮਾਰ ਰਿਹਾ, ਉਹ ਤੁਹਾਨੂੰ ਮੈਂ ਅਗਲੀ ਅੱਜ ਦੀਆਂ ਰਿਪੋਰਟਾਂ ਨੇ ਸਾਰੀਆਂ ਆ ਰਹੀਆਂ, ਆਹ ਸੁਣ ਲਓ, ਇਹ ਸਾਰਾ ਸੁਣਨ ਵਾਲਾ, ਆਹ ਦੇਖਿਓ। ਵਿਭਾਗ ਨੇ 1 ਜਨਵਰੀ ਤੋਂ 30 ਜੂਨ ਤੱਕ ਇਹ ਸੈਂਪਲ ਲਏ ਸੀ ਤਾਂ 75-73% ਸੈਂਪਲ ਫੇਲ ਹੋਏ ਨੇ, ਵੱਖ ਵੱਖ ਥਾਵਾਂ ਤੋਂ ਸੈਂਪਲ ਲਏ ਗਏ ਸੀ ਪਰ 73% ਸੈਂਪਲ ਫੇਲ ਹੋ ਗਏ। ਸਿਹਤ ਵਿਭਾਗ ਨੇ 1 ਜਨਵਰੀ ਤੋਂ 30 ਜੂਨ ਤੱਕ ਇਹ ਸੈਂਪਲ ਲਏ ਸੀ ਤਾਂ 45 ਸੈਂਪਲ ਲਏ ਸੀ ਤੇ 45 ਵਿੱਚੋਂ 33 ਸੈਂਪਲ ਫੇਲ ਹੋ ਗਏ। ਤਾਂ ਇਸ ਵਕਤ ਦੀ ਖਬਰ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ, ਸ੍ਰੀ ਮੁਕਤਸਰ ਸਾਹਿਬ ਤੋਂ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਵੱਖ ਵੱਖ ਥਾਵਾਂ ਤੋਂ। ਇੱਕ ਇਹ ਸੁਣੋ, ਇੱਕ ਕਹਿੰਦਾ ਨਾ ਸਰਕਾਰੀ ਅਧਿਕਾਰੀ ਤੁਹਾਨੂੰ ਸੁਣਾਉਣਾ ਮੈਂ, ਅੱਗੇ ਉਹ ਵੀ ਸੁਣ ਲਿਓ। ਫੇਲ ਆਏ ਸੀਗੇ, ਪੀਣ ਅਯੋਗ ਪਾਇਆ ਗਿਆ ਸੀ ਪਾਣੀ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਕਾਫੀ ਜਗ੍ਹਾ ਤੇ। ਜਿਹੜਾ ਮਾੜਾ ਪਾਣੀ ਹੈ ਉਹਦੇ ਨਾਲ ਆਪਾਂ ਨੂੰ ਟਾਈਫਾਇਡ, ਹੈਪੇਟਾਈਟਿਸ ਏ, ਇਸ ਤਰ੍ਹਾਂ ਦੀ ਬਿਮਾਰੀਆਂ, ਡਾਇਰੀਆ, ਡਾਇਸੈਂਟਰੀ, ਇਹਨਾਂ ਰੋਗਾਂ ਤੋਂ ਆਪਾਂ ਗ੍ਰਸਿਤ ਹੋ ਸਕਦੇ ਹਾਂ। ਇਹਦੀ ਪ੍ਰੀਵੈਂਸ਼ਨ ਇਹ ਹੈ ਕਿ ਪਾਣੀ ਹੈ ਜਿਹੜਾ ਉਹ ਸਾਫ਼ ਸੁਥਰਾ ਪੀਤਾ ਜਾਏ। ਹੁਣ ਇਹ ਅਧਿਕਾਰੀ ਕਹਿ ਰਿਹਾ ਕਿ ਪਾਣੀ ਸਾਫ਼ ਸੁਥਰਾ ਪੀਓ, ਪਰ ਇਹ ਬੜੀ ਚਲਾਕੀ ਨਾਲ ਇਹ ਵੀ ਗੱਲ ਕਰ ਰਿਹਾ ਘੁਮਾ ਕੇ, ਉਹ ਗੱਲ ਨਹੀਂ ਕਰਦੇ ਵੀ ਲੋਕਾਂ ਨੂੰ ਕੈਂਸਰ ਹੋ ਰਿਹਾ। ਮੈਂ ਗਿਆ ਪਿੰਡਾਂ 'ਚ, ਮੁਕਤਸਰ ਦਿਆਂ 'ਚ, ਫਰੀਦਕੋਟ, ਮੋਗਾ, ਫਿਰੋਜ਼ਪੁਰ, ਹੋਰ ਫਾਲਕਿਆਂ ਦੇ ਪਿੰਡਾਂ 'ਚ,
ਅੱਧੋ ਜ਼ਿਆਦਾ ਪਿੰਡ ਨੂੰ ਤਾਂ ਕਾਲਾ ਪੀਲੀਆ ਤੇ ਕੈਂਸਰ ਹੋ ਚੁੱਕਿਆ ਪਿੰਡਾਂ 'ਚ। ਅੱਜ ਇਹਨਾਂ ਦੇ ਪਾਣੀ ਦੇ ਲਏ ਗਏ ਸੈਂਪਲ ਵੀ ਬੁਰੀ ਤਰ੍ਹਾਂ ਫੇਲ ਹੋ ਚੁੱਕੇ ਨੇ। ਇੱਥੋਂ ਗੱਲ ਸਾਬਤ ਹੋ ਰਹੀ ਹੈ ਕਿ ਲਗਾਤਾਰ ਭਰਾਵੋ ਇਹ ਜਿਹੜਾ ਕੰਮ ਹੋ ਰਿਹਾ, ਜਿਹੜੀ ਜ਼ਹਿਰ ਪਾ ਕੇ ਸਾਨੂੰ ਮਾਰਿਆ ਜਾ ਰਿਹਾ, ਉਹਦੇ ਉੱਤੇ ਹੁਣ ਡਰਾਮੇਬਾਜ਼ੀਆਂ ਸ਼ੁਰੂ ਹੋ ਗਈਆਂ ਗੋਗੀ ਵਰਗਿਆਂ ਵੱਲੋਂ ਵੀ ਕੱਲ੍ਹ ਨੂੰ ਲੋਕਾਂ ਦਾ ਭਾਰੀ ਇਕੱਠ ਹੋ ਰਿਹਾ, ਉਦੋਂ ਪਹਿਲਾਂ ਕੋਈ ਨਾ ਕੋਈ ਖੇਡ ਖੇਡੀ ਜਾਵੇ। ਇਹ ਵੀ ਇਹਨਾਂ ਦੇ ਮੁੱਖ ਮੰਤਰੀ ਦੀ ਕੋਈ ਚਾਲ, ਕੋਈ ਸਾਜਿਸ਼ ਹੈ। ਉੱਪਰੋਂ ਕੋਈ ਸੁਨੇਹਾ ਆਇਆ ਹੋਣਾ ਗੋਗੀ ਨੂੰ ਵੀ ਤੂੰ ਲੈ ਜਾ JCB ਤੇ ਆਪਣਾ ਨੀਂਹ ਪੱਥਰ ਪੱਟ ਦੇ, ਵੀ ਦੇਖੋ ਇਹ ਤਾਂ ਆਪਣੇ ਨੀਂਹ ਪੱਥਰ ਪੱਟਣ ਲੱਗ ਗਏ ਸੀ। ਕਿੰਨੇ ਨੀਂਹ ਪੱਥਰ ਨਹੀਂ ਗੋਗੀ ਸਿਆ, ਗੋਗੀ ਸਿਆ, ਪੱਪੀ ਸਿਆ, ਬੱਗਾ ਸਿਆ, ਇਹ MLA ਤਿੰਨੇ ਲੁਧਿਆਣੇ ਦੇ, ਨੀਂਹ ਪੱਥਰਾਂ ਨਹੀਂ ਗੱਲ ਬਣਨੀ। ਪੱਟਣੀਆਂ ਉਹ ਪਾਈਪਾਂ ਪੱਟੋ, ਪੱਟਣੀਆਂ ਉਹ ਫੈਕਟਰੀਆਂ ਪੱਟੋ, ਡਾਇੰਗ ਜਿਹੜੀਆਂ ਜਰੇਨੀਅਮ ਪਾ ਕੇ ਸਾਨੂੰ ਮਾਰ ਰਹੀਆਂ, ਇਹ ਡਰਾਮੇ ਨਾ ਕਰੋ, ਡਰਾਮੇ ਨਾਲ ਨਹੀਂ ਗੱਲ ਬਣਨੀ। ਇਹ ਬਹੁਤ ਹੋ ਗਏ ਡਰਾਮੇ, ਇਹ ਡਰਾਮੇ ਦਾ ਤੁਹਾਡੇ ਇਕੱਲਾ ਮੁੱਖ ਮੰਤਰੀ ਕਰ ਲਏ ਉਨਾ ਹੀ ਬਹੁਤ ਹੈ, ਉਹਦੇ ਕੋਲ ਹੀ ਵਾਧੂ ਹੈ ਜੇ ਡਰਾਮੇ ਤਾਂ, ਉਹੀ ਉਸੇ ਡਰਾਮੇ ਨੂੰ ਲੋਕ ਸੂਤ ਆ ਰਹੇ। ਸੋ ਇਸ ਕਰਕੇ ਆਹ ਸਾਰਾ ਡਰਾਮੇਬਾਜ਼ੀ ਤੁਹਾਨੂੰ ਮੈਂ ਦਿਖਾ ਤਾ। ਅੱਜ ਇਹਨਾਂ ਨੇ ਸਰਕਾਰੀ ਤੌਰ 'ਤੇ ਅਧਿਕਾਰੀਆਂ ਨੇ ਮੰਨ ਲਿਆ ਕਿ ਮੁਕਤਸਰ ਜ਼ਿਲ੍ਹੇ ਦੇ ਪਾਣੀ ਦੇ ਸੈਂਪਲ ਬੁਰੀ ਤਰ੍ਹਾਂ, ਇਕੱਲਾ ਮੁਕਤਸਰ ਨਹੀਂ ਪੂਰੇ ਪੰਜਾਬ ਦਾ ਪਾਣੀ ਬਰਬਾਦ ਹੋ ਰਿਹਾ ਭਰਾਵੋ। ਧਰਤੀ ਹੇਠਾਂ ਵੀ ਇਹ ਬੋਰ ਕਰਕੇ ਜ਼ਹਿਰਾਂ ਪਾਈ ਜਾਂਦੇ ਨੇ, ਲੱਖਾਂ ਨਹੀਂ ਕਰੋੜਾਂ ਨਹੀਂ ਅਰਬਾਂ ਲੀਟਰ ਪਾਣੀ ਫੈਕਟਰੀਆਂ ਧਰਤੀ ਹੇਠੋਂ ਕੱਢ ਵੀ ਰਹੀਆਂ ਨੇ। ਰੋਜ਼ ਬੋਰ ਆ, ਬਹੁਤ ਵੱਡੇ ਵੱਡੇ ਫੈਕਟਰੀ 'ਚ ਕਈ ਕਈ ਬੋਰ ਆ, ਅਤੇ ਉਹ ਪਾਣੀ ਜ਼ਹਿਰ ਬਣਾ ਕੇ ਉਹ ਪਾਣੀ ਨੂੰ ਉਨਰਾਂ ਕਰਕੇ ਉਹਦੇ 'ਚ ਉਹ ਕੈਮੀਕਲ ਮਿਲਾ ਕੇ ਧਰਤੀ ਹੇਠਾਂ ਪਾ ਵੀ ਰਹੀਆਂ ਨੇ ਅਤੇ ਦਰਿਆਵਾਂ 'ਚ ਵੀ ਪਾ ਰਹੀਆਂ ਨੇ, ਜਿਹਦੇ ਕਰਕੇ ਆਹ ਹਾਲਾਤ ਪੰਜਾਬ ਦੇ ਅੱਜ ਹਰ ਘਰ ਦੇ ਵਿੱਚ ਕੈਂਸਰ, ਕਾਲਾ ਪੀਲੀਆ ਅਤੇ ਹੋਰ ਪਤਾ ਨਹੀਂ ਕਿੰਨੀਆਂ ਕੁ ਚਮੜੀ ਅਤੇ ਹੱਡੀਆਂ ਦੀਆਂ ਜਿਹੜੀਆਂ ਬਿਮਾਰੀਆਂ ਉਹ ਘਰਾਂ 'ਚ ਵੜ ਚੁੱਕੀਆਂ। ਸੋਨੇ ਸਮਝਣ ਦੀ ਲੋੜ ਆ ਬਾਈ, ਹੁਣ ਤਾਂ ਗੱਲਾਂ ਤੁਹਾਡੇ ਸਾਹਮਣੇ ਆ ਗਈਆਂ ਯਾਰ, ਹੁਣ ਤਾਂ ਆਪ ਮੰਨਣ ਲੱਗ ਗਏ ਕਿ ਇਹ ਲੋਕ ਮਰੀ ਜਾਂਦੇ ਆ ਪਾਣੀ ਪੀ ਕੇ। ਜੇ ਹੁਣ ਵੀ ਨਾ ਆਪਾਂ ਉੱਠੇ ਤਾਂ ਫਿਰ ਲੱਖ ਦੀ ਲਾਹਣਤ ਹੈ, ਫਿਰ ਘਰਾਂ 'ਚ ਬੈਠੇ ਕੋਈ ਗੱਲ ਨਹੀਂ। ਮੈਂ ਤਾਂ ਉਹੀ ਕਹਿੰਦਾ ਹੁੰਦਾ ਕਿ ਡੀਕੋ ਮੌਤ ਨੂੰ, ਜਿੱਦੇ ਮੌਤ ਆਈ ਉਹਦੇ ਗੱਲ ਨਾਲ ਲਾ ਕੇ ਮਰ ਜਾਓ, ਤੁਰ ਜਾਓ ਦੁਨੀਆਂ, ਜੇ ਤੁਸੀਂ ਆਹੀ ਕੁਛ ਸੋਚੀ ਜਾਣਾ। ਇਸ ਕਰਕੇ ਕੱਲ੍ਹ ਨੂੰ ਸਮਾਂ 10 ਵਜੇ ਹੈ, ਬੇਰਕਾ ਪਲਾਂਟ ਲੁਧਿਆਣੇ ਨਹਿਰ ਦੇ ਪੁਲ ਦੇ ਉੱਤੇ, ਸੜਕ ਦੇ ਉੱਤੇ ਬਣੇ ਪੁਲ ਦੇ ਥੱਲੇ, ਜਿਹੜੀ ਸੜਕ ਦੇ ਪੁਲ ਬਣਿਆ ਪਹਿਲਾਂ, ਜਦੋਂ ਆਪਾਂ ਮੁੱਲਾਂਪੁਰ ਤੋਂ ਜਾਂਦੇ ਹਾਂ ਉਹ ਪੁਲ ਨਹੀਂ ਚੜ੍ਹਨਾ ਵੱਡਾ, ਜਿਹੜਾ ਲੰਮਾ ਪੁਲ ਹੈ, ਲੰਮੇ ਪੁਲ ਦੇ ਥੱਲੇ 10 ਵਜੇ ਆਪਣਾ ਇਕੱਠ, ਅਤੇ ਉੱਥੋਂ ਆਪਣਾ ਮਾਰਚ ਹੈ ਸ਼ਹੀਦ ਕਰਤਾਰ ਸਿੰਘ ਸਰਾਭੇ ਦੇ ਬੁੱਤ ਤੱਕ। ਅਤੇ ਮੈਂ ਇੱਕ ਅਪੀਲ ਹੋਰ ਕਰਦਾ, ਕੱਲ੍ਹ ਨੂੰ ਜਿਹੜੇ ਸੱਜਣ ਉੱਥੇ ਆਉਣਗੇ ਇੱਕ ਵਾਰੀ ਉੱਥੇ ਬਲੀਪੁਰ ਜਾ ਕੇ, ਅਤੇ ਜਿੱਥੇ ਵੱਡਾ ਦਰਿਆ ਪੈਂਦਾ ਉਹ ਦੇਖ ਕੇ ਆਇਓ ਮੰਦਿਰ, ਉਹ ਮੌਤ ਦੇਖਿਓ ਕਿਵੇਂ ਤੁਹਾਨੂੰ ਮੌਤ ਬਣ ਰਹੇ ਆ ਉੱਥੇ। ਆਓ ਯਾਰ, ਬਹੁਤ ਹੁਣ ਆਪਾਂ ਸਹਿਣ ਕਰ ਲਿਆ, ਬਹੁਤ ਸਾਡੀਆਂ ਜ਼ਿੰਦਗੀਆਂ ਗਵਾ ਲਈਆਂ, ਜਵਾਕ ਆਪਾਂ ਗਵਾ ਰਹੇ ਹਾਂ ਯਾਰ, ਝੱਲਿਆ ਨਹੀਂ ਜਾਂਦਾ ਲੋਕਾਂ ਦਾ ਦੁੱਖ, ਜਦੋਂ ਸਾਲ ਸਾਲ ਦੇ ਜਵਾਕ ਜਿਨ੍ਹਾਂ ਨੂੰ ਯਾਰ ਆ ਤੇਜਾ ਰਹੇ ਲਾ ਧਰਾਂਗ ਵਾਲਾ, ਆਹ ਕਿੰਨੇ ਪਿੰਡਾਂ 'ਚ ਯਾਰ ਲੋਕਾਂ ਦੇ ਜਵਾਕ ਜੰਮਦੇ ਜਵਾਕਾਂ ਨੂੰ ਯਾਰ ਕੈਂਸਰ ਉਤਰਿਆ ਯਾਰ, ਉਹਨਾਂ ਲੋਕਾਂ ਕੋਲ ਪਹੁੰਚ ਵੀ ਹੈ ਨਹੀਂ ਬਈ 18-18, 20-20 ਕਰੋੜ ਦੇ ਟੀਕੇ ਲਗਾਉਣ ਦੀ। ਸੋ ਆਓ ਮੇਰਾ ਵੀਰ, ਆਪਾਂ ਕੱਲ੍ਹ ਨੂੰ ਵੱਧ ਤੋਂ ਵੱਧ ਵੱਡੀ ਗਿਣਤੀ ਲੁਧਿਆਣੇ ਬੇਰਕਾ ਪਲਾਂਟ ਪਹੁੰਚ ਕੇ ਅਤੇ ਰੋਅ ਮਾਰਚ ਕਰਕੇ, ਅਤੇ ਉਦੋਂ ਅਗਲਾ ਕਦਮ ਇਹ ਫੈਕਟਰੀਆਂ, ਇਹ ਜ਼ਹਿਰਾਂ, ਇਹ ਬੁੱਢੇ ਦਰਿਆ ਦਾ ਪਾਣੀ, ਇਹ ਜ਼ਹਿਰਾਂ, ਇਹ ਸੀਵਰੇਜ ਦਾ ਗੰਦ ਜੋ ਪੈ ਰਿਹਾ, ਜੋ ਪਸ਼ੂਆਂ ਦਾ ਗੋਹਾ ਮੂਤ ਪੈ ਰਿਹਾ ਡੈਰੀਆਂ ਦਾ, ਜੋ ਹਸਪਤਾਲਾਂ ਦਾ ਗੰਦ ਪੈ ਰਿਹਾ, ਬਿਮਾਰੀ ਪੈ ਰਹੀ ਹੈ ਜੋ ਆ ਕੇ ਪਾਣੀ ਦੇ ਵਿੱਚ, ਉਹ ਤੁਸੀਂ ਰੋਕਣੀ ਹੈ। ਅਗਲੇ ਮਹੀਨੇ ਆਪਾਂ ਇਹ ਚੱਕਣਾ ਹੀ ਚੱਕਣਾ ਕਦਮ, ਇਹ ਹੁਣ ਸਰਕਾਰ ਫੈਸਲਾ ਕਰ ਲਏ ਕਿ ਤੁਸੀਂ ਕਿੰਨਾ ਨਾਲ ਹੋ, ਕਾਰਪੋਰੇਟਾਂ ਨਾਲੋਂ, ਵੱਡੇ ਘਰਾਣਿਆਂ ਨਾਲੋਂ, ਇਹਨਾਂ ਫੈਕਟਰੀਆਂ ਨਾਲੋਂ, ਤੁਸੀਂ ਲੋਕਾਂ ਨੂੰ ਜ਼ਿੰਦਗੀ ਦੇਣੀ ਹੈ ਕਿ ਮੌਤ ਦੇਣੀ ਹੈ, ਤੁਸੀਂ ਫੈਸਲਾ ਕਰਨਾ। ਅਤੇ ਪੰਜਾਬ ਪੂਰਾ, ਹੁਣ ਤਾਂ ਮਾਹੌਲ ਬਣ ਰਿਹਾ ਪੂਰੇ ਪੰਜਾਬ 'ਚ, ਪੂਰਾ ਪੰਜਾਬ ਸੜਕਾਂ 'ਤੇ ਆਊਗਾ। ਮੈਂ ਫਿਰ ਕਹਿਣਾ, ਇਕੱਲਾ ਸਤਲੁਜ ਨਹੀਂ, ਰਾਵੀ ਬਿਆਸ, ਕਾਲੀ, ਚਿੱਟੀ, ਬੇਈ, ਸਾਰੇ ਆਪਾਂ ਥੱਲੇ ਵੀ ਧਰਤੀ ਦੇ ਹੇਠੋਂ,
ਇਹ ਸਾਰਾ ਪਹਿਰਾ ਲੋਕੋ ਆਪਾਂ ਨੂੰ ਉੱਠ ਕੇ ਦੇਣਾ ਪੈਣਾ ਜੇ ਆਪਣੀਆਂ ਨਸਲਾਂ ਅਤੇ ਆਪਣੀਆਂ ਜ਼ਿੰਦਗੀਆਂ ਬਚਾਉਣੀਆਂ। ਆਓ ਮੇਰਾ ਵੀਰ, ਕੱਲ੍ਹ ਮਿਲਦੇ ਹਾਂ ਲੁਧਿਆਣੇ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Subscribe to One India channel and never miss an update.